ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਪੰਜਾਬੀਆਂ ਨੇ, ਸਿੱਖਾਂ ਨੇ ਕਈ ਦਹਾਕਿਆਂ ਤੋਂ ਅਰਦਾਸ ਸੀਗੀ ਕਿ ਸਾਨੂੰ ਜਿਹੜੇ ਸਾਡੇ ਗੁਰਧਾਮਾਂ ਤੋਂ ਵਿਛੋੜਿਆ ਗਿਆ ਵਾ ਉਹਨਾਂ ਦੇ ਖੁੱਲ੍ਹੇ ਦਰਸ਼ਨ ਅਤੇ ਦੀਦਾਰ। ਔਰ ਇਹ ਅਰਦਾਸ ਜਿਹੜੀ ਆ ਇਹਦੇ 'ਚ ਬੜੀ ਤਾਕਤ ਆ, ਬਿਰਥਾ ਨਾ ਹੋਵੇ ਜਨ ਕੀ ਅਰਦਾਸ। ਔਰ ਉਸ ਅਰਦਾਸ ਦੇ ਸਿੱਟੇ ਵਜੋਂ ਪਾਕਿਸਤਾਨ ਅਤੇ ਭਾਰਤ ਦੀਆਂ ਗਵਰਨਮੈਂਟਸ ਨੇ ਹੁਣ ਫੈਸਲਾ ਲਿਆ ਸੀਗਾ ਅਤੇ ਕੱਲ੍ਹ ਇੱਕ ਫੰਕਸ਼ਨ ਕੀਤਾ ਗਿਆ ਡੇਰਾ ਬਾਬਾ ਨਾਨਕ 'ਚ। ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਸਾਰੀ ਦੁਨੀਆ ਦੇ ਵਿੱਚ ਬੈਠੇ ਸਮੂਹ ਪੰਜਾਬੀਆਂ ਦੀ ਅਤੇ ਵੈਸੇ ਵੀ ਭਾਰਤ ਦੇ ਲੋਕਾਂ ਦੀ ਨਿਗਾਹ ਸੀਗੀ ਉਸ ਫੰਕਸ਼ਨ ਦੇ ਉੱਤੇ, ਕੱਲ੍ਹ ਉੱਥੇ ਕਾਂਗਰਸ ਵਾਲਿਆਂ ਨੇ ਅਤੇ ਅਕਾਲੀ ਦਲ ਨੇ ਪੂਰੀ ਰੱਜ ਕੇ ਕੜੀ ਘੋਲੀ, ਜਿਹਨੂੰ ਕਹਿੰਦੇ ਆ ਜਿੱਦਾਂ ਕੋਈ ਕੁੱਕੜਾਂ ਦੀ ਲੜਾਈ ਹੁੰਦੀ ਹੁੰਦੀ ਆ, ਔਰ ਇੱਕ ਦੂਜੇ ਦੇ ਉੱਤੇ ਤੋਮਤਾਂ ਲਾ ਰਹੇ ਨੇ ਪਬਲਿਕਲੀ ਫਰੋਮ ਦ ਸਟੇਜ। ਇੰਟਰਨੈਸ਼ਨਲ ਮੀਡੀਆ ਉੱਥੇ ਸੀਗਾ, ਨੈਸ਼ਨਲ ਮੀਡੀਆ ਸੀਗਾ, ਆਪਣਾ ਮਜ਼ਾਕ ਉਡਾ ਰਹੇ ਨੇ। ਕੋਈ ਉੱਥੇ ਜਾ ਕੇ ਨੀਂਹ ਪੱਥਰ ਦੇ ਉੱਤੇ ਟੇਪਾਂ ਲਾ ਰਿਹਾ ਵਾ, ਕੋਈ 1984 ਦਾ ਅਲਾਮਾ ਦੇ ਰਿਹਾ ਵਾ 34 ਸਾਲ ਬਾਅਦ ਉਸ ਇੱਕ ਦਿਨ ਦਾ ਸਟੇਜ ਛੱਡਿਆ ਜਾ ਸਕਦਾ ਸੀਗਾ, ਕੋਈ ਉੱਥੇ ਨਸ਼ਿਆਂ ਦੀ ਗੱਲ ਕਰ ਰਿਹਾ ਵਾ ਅਤੇ ਜਿਨ੍ਹਾਂ 'ਤੇ ਨਸ਼ਿਆਂ ਦੇ ਇਲਜ਼ਾਮ ਹੈ ਉਹ ਆਡੀਅੰਸ ਵਿੱਚੋਂ ਉੱਠ ਕੇ ਜ਼ੋਰ ਨਾਲ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਵੱਡੇ ਵੱਡੇ ਨਾਅਰੇ ਲਾ ਰਹੇ ਨੇ ਉੱਚੀ ਉੱਚੀ ਆਵਾਜ਼। ਕੁੱਲ ਮਿਲਾ ਕੇ ਉਹਦੀ ਜਿਹੜੀ ਸੈਂਕਟਿਟੀ ਸੀ ਫੰਕਸ਼ਨ ਦੀ, ਜਿਹੜੀ ਉਹਦੀ ਜਿਹਨੂੰ ਕਹਿੰਦੇ ਕਿ ਪਾਇਸਨੈਸ ਸੀ ਉਸ ਫੰਕਸ਼ਨ ਦੀ, ਉਹ ਕੱਲ੍ਹ ਇਹਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੇ ਰੱਜ ਕੇ ਤਬਾਹ ਕੀਤੀ। ਔਰ ਮੈਂ ਦੇਖਦਾ ਕਿ ਸਾਰੇ ਦੇਸ਼ ਨੇ ਕੱਲ੍ਹ ਦੇਖਿਆ ਹੋਊਗਾ ਕਿ ਕਿੱਦਾਂ ਇਹ ਪੰਜਾਬੀ ਅਤੇ ਸਿੱਖ ਆਪਸ ਵਿੱਚ ਕ੍ਰੈਡਿਟ ਲੈਣ ਵਿੱਚ ਭੱਜੇ ਹੋਏ ਨੇ, ਦੌੜ ਲੱਗੀ ਹੋਈ ਆ ਕਿ ਇਹ ਮੈਂ ਬਣਵਾਤਾ, ਉਹ ਕੋਈ ਕਹਿੰਦਾ ਜੀ ਮੈਂ ਬਣਵਾਤਾ। ਸਾਡਾ ਇਹ ਮੰਨਣਾ ਵਾ ਕਿ ਅਗਰ ਇਸ ਫੈਸਲੇ ਦਾ ਜਿਹੜਾ ਇਹ ਫੈਸਲਾ ਜਿਹੜਾ ਹੋਇਆ ਇਹਦੇ ਪਿੱਛੇ ਅਗਰ ਕਿਸੇ ਦਾ ਸਹੀ ਮੈਨਿਆਂ ਵਿੱਚ ਕ੍ਰੈਡਿਟ ਜਾਣਾ ਚਾਹੀਦਾ ਤਾਂ ਉਹ ਸਭ ਤੋਂ ਜ਼ਿਆਦਾ ਸਮੂਹ ਸੰਗਤ ਨੂੰ ਜਾਣਾ ਚਾਹੀਦਾ, ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ, ਸਮੂਹ ਸਿੱਖ ਕੌਮ ਨੂੰ, ਸਮੂਹ ਪੰਜਾਬੀਆਂ ਨੂੰ ਇਹਦਾ ਕ੍ਰੈਡਿਟ ਜਾਣਾ ਚਾਹੀਦਾ ਕਿਉਂਕਿ ਉਹ ਅਰਸੇ ਤੋਂ ਅਰਦਾਸ ਕਰਦੇ ਸੀ। ਇਸ ਤੋਂ ਬਾਅਦ ਅਗਰ ਕਿਸੇ ਨੂੰ ਕ੍ਰੈਡਿਟ ਜਾਣਾ ਚਾਹੀਦਾ ਤਾਂ ਮੈਂ ਸਮਝਦਾ ਕਿ ਨਵਜੋਤ ਸਿੱਧੂ, ਉਹ ਪਿੱਛੇ ਪਾਕਿਸਤਾਨ ਗਏ, ਉਹਨਾਂ ਦੇ ਤਾਲੁਕਾਤ ਸੀਗੇ ਇਮਰਾਨ ਖਾਨ ਨਾਲ, ਇਕੱਠੇ ਕ੍ਰਿਕਟ ਖੇਡਦੇ ਰਹੇ ਨੇ, ਉਹਨਾਂ ਨੇ ਉੱਥੇ ਉਹ ਗੱਲ ਦਾ ਆਗਾਜ਼ ਕੀਤਾ। ਔਰ ਅਗਲਾ ਕ੍ਰੈਡਿਟ ਜਾਣਾ ਚਾਹੀਦਾ ਇਮਰਾਨ ਖਾਨ ਨੂੰ, ਆਫਟਰ ਆਲ ਹੀ ਇਜ਼ ਅ ਵੈਰੀ ਲਿਬਰਲ ਪ੍ਰਾਈਮ ਮਿਨਿਸਟਰ, ਬੜਾ ਭਾਰੀ ਚੇਂਜਸ ਲੈ ਕੇ ਆ ਰਹੇ ਨੇ ਪਾਕਿਸਤਾਨ ਦੇ ਵਿੱਚ ਵੀ। ਇਹਦੇ 'ਚ ਮੈਂ ਭੁੱਲ ਨਹੀਂ ਸਕਦਾ ਜਥੇਦਾਰ ਕੁਲਦੀਪ ਸਿੰਘ ਵਡਾਲਾ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਦੇ ਕੁਲੀਗ ਸੀਗੇ ਅਕਾਲੀ ਦਲ ਦੇ ਵਿੱਚ, ਉਹਨਾਂ ਨੇ ਵੀ ਮੇਰਾ ਖਿਆਲ ਹਰ ਮਹੀਨੇ ਜਾ ਕੇ ਉੱਥੇ ਸ਼ਾਇਦ ਲਗਭਗ ਇੱਕ ਸੈਂਕੜੇ ਦੇ ਲਾਗੇ ਅਰਦਾਸ ਕੀਤੀ। ਔਰ ਉਹਨਾਂ ਨੇ ਇਸ ਨੂੰ ਸੈਂਟਰ ਸਟੇਜ 'ਤੇ ਲੈ ਕੇ ਆਉਂਦਾ ਇਸ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਤੋਂ ਲਾਂਘੇ ਨੂੰ ਅਤੇ ਕੋਰੀਡੋਰ ਨੂੰ। ਪਰੰਤੂ ਇਹ ਜਿਹੜੇ ਲੋਕ ਲੜ ਰਹੇ ਨੇ ਇਹ ਪੈਟੀ ਪੋਲੀਟਿਕਸ ਕਰ ਰਹੇ ਨੇ, ਜਿੱਦਾਂ ਛੋਟੇ ਛੋਟੇ ਦਿਲਾਂ ਵਾਲੇ ਲੋਕ ਹੁੰਦੇ ਨਾ, ਜਿੱਦਾਂ ਉਹਨਾਂ ਦੇ ਚਿਕਨ ਹਾਰਟਿਡ ਕਹਿ ਦਿੰਦੇ ਆ ਪੈਟੀ ਪੋਲੀਟੀਸ਼ੀਅਨਸ, ਕਿ ਇਹ ਤਾਂ ਮੈਂ ਬਣਵਾਇਆ, ਉਹ ਕਹਿੰਦਾ ਜੀ ਮੈਂ ਬਣਵਾਇਆ ਵਾ। ਕੋਈ ਉੱਥੇ ਪੈਰਲਲ ਫੰਕਸ਼ਨਸ ਕਰ ਰਹੇ ਨੇ, ਕੱਲ੍ਹ ਅਗਰ ਇੱਕ ਗਵਰਨਮੈਂਟ ਆਫ ਇੰਡੀਆ ਦਾ ਫੰਕਸ਼ਨ ਸੀਗਾ, ਸਾਰਿਆਂ ਨੂੰ ਉੱਥੇ ਇੱਕ ਸ਼ਾਂਤਮਈ ਢੰਗ ਦੇ ਨਾਲ ਬਹਿ ਕੇ, ਅਤੇ ਕੱਲ੍ਹ ਇਕੱਲੇ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਾਣਾ ਚਾਹੀਦਾ ਸੀ ਸਾਰੀ ਦੁਨੀਆ ਦੇ ਵਿੱਚ, ਔਰ ਉਸ ਕੋਰੀਡੋਰ ਦੀ ਗੱਲ ਹੋਣੀ ਚਾਹੀਦੀ ਸੀ, ਪਰ ਉੱਥੇ ਰੱਜ ਕੇ ਕੱਲ੍ਹ ਰਾਜਨੀਤੀ ਕੀਤੀ। ਇੱਕ ਹੋਰ ਮੈਨੂੰ ਅਫਸੋਸ ਆ ਕਿ ਪਾਕਿਸਤਾਨ ਦੀ ਗਵਰਨਮੈਂਟ ਵੀ ਉੱਥੇ ਫੰਕਸ਼ਨ ਕਰਨ ਜਾ ਰਹੀ ਹੈ ਸ਼ਾਇਦ ਅੱਜ ਜਾਂ ਕੱਲ੍ਹ 'ਚ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਸੁਣਿਆ ਨਹੀਂ ਭੇਜਿਆ, ਉਹਨਾਂ ਨੇ ਬਤੌਰ ਪੰਜਾਬ ਦੇ ਲੋਕਾਂ ਦਾ ਅਤੇ ਸਿੱਖਾਂ ਦਾ ਨੁਮਾਇੰਦਾ ਜਿਹੜਾ ਇਸ ਵੇਲੇ ਉਸ ਦੀ ਹੈਸੀਅਤ ਵਿੱਚ ਉਹਨਾਂ ਨੂੰ ਉੱਥੇ ਇਨਵੀਟੇਸ਼ਨ ਭੇਜੀ ਸੀ। ਪਰ ਕੈਪਟਨ ਸਾਹਿਬ ਨੇ ਉੱਥੇ ਕੱਲ੍ਹ ਸਟੇਜ 'ਤੇ ਵੀ ਬੜੀ ਭੰਡੀ ਜੀ ਕੀਤੀ, ਅਤੇ ਕੈਪਟਨ ਸਾਹਿਬ ਨੇ ਕਹਿਤਾ ਕਿ ਜੀ ਪਾਕਿਸਤਾਨ ਸਾਡੇ ਸਿਪਾਹੀਆਂ ਨੂੰ, ਸਾਡੇ ਬਾਰਡਰ 'ਤੇ ਜਵਾਨਾਂ ਨੂੰ ਨਿੱਤ ਦਿਨ ਮਾਰਦਾ ਵਾ, ਔਰ ਕਈ ਤਰ੍ਹਾਂ ਦੀਆਂ ਉਹ ਘਟਨਾਵਾਂ ਭਾਰਤ ਵਿੱਚ ਕਰਵਾ ਰਿਹਾ ਵਾ।
ਇਸ ਲਈ ਮੈਂ ਉਸ ਫੰਕਸ਼ਨ ਵਿੱਚ ਹਿੱਸਾ ਨਹੀਂ ਲਊਂਗਾ। ਕੱਲ੍ਹ ਸਟੇਜ 'ਤੇ ਵੀ ਉਹਨਾਂ ਨੇ ਜੰਮ ਕੇ ਜਿਹੜੇ ਪਾਕਿਸਤਾਨ ਆਰਮੀ ਦੇ ਚੀਫ ਨੇ ਮਿਸਟਰ ਬਾਜਵਾ, ਉਹਨਾਂ ਦੀ ਵੀ ਬਹੁਤ ਨਿੰਦਿਆ ਕੀਤੀ। ਇਹ ਕੱਲ੍ਹ ਸ਼ੋਭਦਾ ਨਹੀਂ ਸੀਗਾ। ਔਰ ਕੈਪਟਨ ਸਾਹਿਬ ਅਗਰ ਇਹ ਕਹਿੰਦੇ ਨੇ ਕਿ ਪਾਕਿਸਤਾਨ ਮੁਦਾਖਲਤ ਕਰ ਰਿਹਾ ਭਾਰਤ ਵਿੱਚ ਜਾਂ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ, ਤਾਂ ਕੈਪਟਨ ਸਾਹਿਬ ਬੜੇ ਆਰਾਮ ਨਾਲ ਭੁੱਲ ਗਏ ਕਿ ਇੱਕ ਡਿਫੈਂਸ ਐਨਲਿਸਟ, ਜਿਹੜੀ ਕਿ ਪਾਕਿਸਤਾਨ ਦੀ ਡਿਫੈਂਸ ਐਨਲਿਸਟ ਆ, ਉਹ ਉਹਨਾਂ ਦੀ ਦੋਸਤ ਆ। ਉਹਨਾਂ ਨੇ ਆਪਣੇ ਘਰ ਚੰਡੀਗੜ੍ਹ ਦੀ ਓਫਿਸ਼ਲ ਚੀਫ ਮਿਨਿਸਟਰ ਦੀ ਰੈਜ਼ੀਡੈਂਸ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਵਾ। ਔਰ ਇਹਦੇ ਵਿੱਚ ਇਕੱਲਾ ਅਮਰਿੰਦਰ ਸਿੰਘ ਦੀ ਮਰਜ਼ੀ ਨਾਲ ਨਹੀਂ ਰਹਿ ਸਕਦੇ, ਉਹ ਗਵਰਨਮੈਂਟ ਆਫ ਇੰਡੀਆ ਦੀ ਪ੍ਰਵਾਨਗੀ ਤੋਂ ਬਗੈਰ ਇੱਕ ਮਿੰਟ ਵੀ ਕੋਈ ਫੋਰਨ ਨੈਸ਼ਨਲ ਇਸ ਤਰ੍ਹਾਂ ਦਾ, ਜਿਹੜੇ ਜਿਨ੍ਹਾਂ ਨਾਲ ਸਾਡੇ ਤਲੁਕਾਤ ਅੱਛੇ ਨਹੀਂ ਗਏ, ਉਹ ਪੰਜਾਬ ਅਤੇ ਪੰਜਾਬ ਦੇ ਵਿੱਚ ਆਣ ਕੇ ਕਿਸੇ ਸਰਕਾਰੀ ਰਿਹਾਇਸ਼ਗਾਹ 'ਤੇ ਇੱਕ ਮਿੰਟ ਵੀ ਨਹੀਂ ਰਹਿ ਸਕਦੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੱਲ੍ਹ ਸਟੇਜ 'ਤੇ ਇਲਜ਼ਾਮ ਲਾਏ, ਉਹ ਸਾਡਾ ਇਹ ਮੰਨਣਾ ਵਾ ਕਿ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਸੀ, ਜੋ ਬੀਜੇਪੀ ਕਹਾਉਣਾ ਚਾਹੁੰਦੀ ਸੀ। ਮਤਲਬ ਪਾਕਿਸਤਾਨ 'ਤੇ ਬਲੇਟੈਂਟਲੀ ਹਮਲੇ ਕੱਲ੍ਹ ਉਸ ਸਮਾਗਮ 'ਤੇ ਉਹ ਬੀਜੇਪੀ ਦੇ ਲੀਡਰਾਂ ਨੇ ਨਹੀਂ ਕੀਤੇ, ਅਮਰਿੰਦਰ ਸਿੰਘ ਤੋਂ ਕਰਵਾਏ ਨੇ। ਔਰ ਅਮਰਿੰਦਰ ਸਿੰਘ ਮੇਰਾ ਖਿਆਲ ਉਹਨਾਂ ਦੀ ਕਮਜ਼ੋਰੀ ਆ ਕਿ ਉਹ ਆਪਣੇ ਇੱਕ ਦੋਸਤ ਨੂੰ, ਪਾਕਿਸਤਾਨ ਦੇ ਦੋਸਤ ਨੂੰ ਆਪਣੇ ਕੋਲ ਉੱਥੇ ਚੰਡੀਗੜ੍ਹ 'ਚ ਰੱਖਣਾ ਚਾਹੁੰਦੇ ਨੇ। ਸੋ ਇਹ ਵੀ ਹੁਣ ਡਬਲ ਸਟੈਂਡਰਡ ਹੋ ਗਏ ਪੋਲੀਟਿਕਸ ਦੇ। ਇੱਕ ਪਾਸੇ ਅਸੀਂ ਕਹਿੰਦੇ ਪਾਕਿਸਤਾਨ ਨਾਲ ਕੋਈ ਤਲੁਕਾਤ ਨਹੀਂ ਹੋਣਾ ਚਾਹੀਦਾ ਕਿਉਂਕਿ ਪਾਕਿਸਤਾਨ ਟੈਰਰ ਐਕਟੀਵਿਟੀਜ਼ ਕਰਦਾ ਭਾਰਤ ਦੀ ਸੋਇਲ 'ਤੇ, ਅਤੇ ਦੂਜੇ ਪਾਸੇ ਆਪਾਂ ਪਾਕਿਸਤਾਨ ਦੇ ਇੱਕ ਡਿਫੈਂਸ ਐਨਲਿਸਟ ਨੂੰ ਆਪਣੇ ਹੀ ਘਰ ਵਿੱਚ, ਤਾਂ ਕੀ ਵੱਡੀ ਗੱਲ ਨਹੀਂ ਗੀ ਕਿ ਜੋ ਕੁਛ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਉਹ ਵੀ ਪਾਕਿਸਤਾਨ ਵਿੱਚ ਜਾਂਦੀਆਂ ਹੋਣਗੀਆਂ ਫਿਰ, ਕਿਉਂਕਿ ਉਹਨਾਂ ਦੇ ਵੀ ਕਨੈਕਸ਼ਨਸ ਆਈ ਐੱਸ ਆਈ ਦੇ ਨਾਲ, ਪਾਕਿਸਤਾਨ ਦੇ ਉੱਪਰਲੇ ਟੋਪ ਪਾਵਰ ਜਿਹੜੇ ਕੋਰੀਡੋਰਸ ਨੇ ਉਹਨਾਂ ਵਿੱਚ ਉਹਨਾਂ ਦੇ ਲਿੰਕਸ ਹੋਣਗੇ। ਸੋ ਦੋਗਲੀ ਰਾਜਨੀਤੀ ਕੱਲ੍ਹ ਔਰ ਛੋਟੇ ਪੱਧਰ ਦੀ ਰਾਜਨੀਤੀ 'ਤੇ ਕੱਲ੍ਹ ਜਿਹੜਾ ਅਸੀਂ ਮੁਜ਼ਾਹਰਾ ਕੀਤਾ, ਅਸੀਂ ਤਾਂ ਸਿਰਫ ਅਫਸੋਸ ਅਤੇ ਰਾਂਝੀ ਦੁੱਖ ਦਾ ਪ੍ਰਗਟਾਵਾ ਕਰ ਸਕਦੇ ਹਾਂ। ਔਰ ਇਹ ਉਮੀਦ ਕਰਦੇ ਕਿ ਅਮਰਿੰਦਰ ਸਿੰਘ ਨੂੰ ਜਾਣਾ ਚਾਹੀਦਾ ਪਾਕਿਸਤਾਨ, ਉਹਨਾਂ ਨੂੰ ਆਪਣੇ ਇਸ ਫੈਸਲੇ ਨੂੰ ਰੀਕਨਸਿਡਰ ਕਰਨਾ ਚਾਹੀਦਾ। ਕੋਈ ਹਰਜ ਨਹੀਂ ਗਾ, ਛੋਟੀਆਂ ਮੋਟੀਆਂ ਗੱਲਾਂ ਜਿੱਦਾਂ ਕਹਿ ਰਹੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਚਾਹੀਦਾ। ਠੀਕ ਆ, ਸਾਡੇ ਸੰਬੰਧ ਪਾਕਿਸਤਾਨ ਦੇ ਨਾਲ ਚੰਗੇ ਨਹੀਂ ਗਏ, ਪਰ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਵੀ ਇਹਨਾਂ ਹਾਲਾਤਾਂ ਦੇ ਬਾਵਜੂਦ ਆਪਸ ਵਿੱਚ ਬੱਸ ਸੇਵਾਵਾਂ ਸ਼ੁਰੂ ਕੀਤੀਆਂ।